6 ਲੱਖ ਰੁਪਏ ਸਮੇਤ ਐਕਟਿਵਾ ਚੋਰੀ ਹੋਈ ਹੈ। ਦੱਸ ਦਈਏ ਕਿ ਇੱਕ ਦੁਕਾਨ ਦਾ ਮਾਲਕ ਜਦੋਂ ਆਪਣੀ ਸਕੂਟੀ ਨੂੰ ਬਾਹਰ ਲਾ ਕੇ ਆਪਣੀ ਦੁਕਾਨ ਦੇ ਵਿੱਚ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਬਾਹਰ ਖੜੀ ਐਕਟਿਵਾ ਇੱਕ ਸ਼ਖਸ ਦੇ ਵੱਲੋਂ ਚੋਰੀ ਕਰ ਲਈ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਦੁਕਾਨ ਦਾ ਮਾਲਕ ਹੈ ਉਸਨੇ ਆਪਣੇ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਉਹ ਘਰ ਗਿਆ ਸੀ, ਪਰ ਉਸਨੂੰ ਜਦੋਂ ਪਿੱਛੋਂ ਅਚਾਨਕ ਹੀ ਫੋਨ ਆਉਂਦਾ ਦੁਕਾਨ ਤੋਂ, ਤਾਂ ਜਦ ਉਹ ਮੁੜ ਕੇ ਉਸ ਦੁਕਾਨ ਦੇ ਉੱਤੇ ਪਹੁੰਚਦਾ ਹੈ ਤਾਂ ਆਪਣੀ ਐਕਟਿਵਾ ਨੂੰ ਲੌਕ ਕਰਕੇ ਚਾਬੀ ਕਾਊਂਟਰ 'ਤੇ ਰੱਖ ਦਿੰਦਾ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਸ਼ਖਸ ਉਸਦੀ ਦੁਕਾਨ ਦੇ ਵਿੱਚ ਵੜਦਾ ਅਤੇ ਉਸਦੀ ਚਾਬੀ ਨੂੰ ਚੱਕ ਲੈਂਦਾ, ਪਰ ਬਾਵਜੂਦ ਇਸ ਦੇ ਉਸਦੀ ਸਕੂਟਰੀ ਸਟਾਰਟ ਨਹੀਂ ਹੁੰਦੀ ਤਾਂ ਉਹ ਧੱਕਾ ਲਾ ਕੇ ਹੀ ਅੱਗੇ ਲੈ ਜਾਂਦਾ। ਅੱਗੇ ਲਿਜਾ ਕੇ ਕਿੱਕ ਮਾਰ ਕੇ ਉਹ ਉਸਦੀ ਸਕੂਟੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ। ਤਾਂ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੁਕਾਨ ਦੇ ਬਾਹਰ ਖੜੀ ਐਕਟਿਵਾ ਚੋਰੀ ਕੀਤੀ ਗਈ ਹੈ, ਜਿਸ ਦੇ ਵਿੱਚ 6 ਲੱਖ ਰੁਪਏ ਕੈਸ਼ ਦੱਸੇ ਜਾ ਰਹੇ ਨੇ। ਦੱਸ ਦਈਏ ਕਿ 500-500 ਅਤੇ 200-200 ਦੇ ਨਾਲ ਨਾਲ 100-100 ਦੀਆਂ ਉਸਦੇ ਵਿੱਚ ਕਈ ਗੱਡੀਆਂ ਦੱਸੀਆਂ ਜਾ ਰਹੀਆਂ ਨੇ ਕਿ ਰੱਖੀਆਂ ਹੋਈਆਂ ਸੀ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ, ਪਰ ਇਸ ਤੋਂ ਪਹਿਲਾਂ ਹੀ ਇਹ ਚੋਰੀ ਹੋ ਗਈਆਂ ਨੇ। ਇੱਥੇ ਘਟਨਾ ਕੋਲ ਹੀ ਲੱਗੇ ਇੱਕ CCTV 'ਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਐਕਟਿਵਾ ਖੜੀ ਬਾਹਰ ਨਜ਼ਰ ਆ ਰਹੀ ਹੈ ਅਤੇ ਇੱਕ ਸ਼ਖਸ ਸਭ ਤੋਂ ਪਹਿਲਾਂ ਆਉਂਦਾ ਅਤੇ ਉਸਦੀ ਚਾਬੀ ਲਾ ਕੇ ਉਸਨੂੰ ਜਦੋਂ ਸਟਾਰਟ ਕਰਨ ਲੱਗਦਾ ਤਾਂ ਉਹ ਸਟਾਰਟ ਨਹੀਂ ਹੁੰਦੀ ਅਤੇ ਫਿਰ ਉਹ ਫਟਾਫਟ ਉਸਨੂੰ ਲੈ ਕੇ ਅੱਗੇ ਨੂੰ ਧੱਕਾ ਮਾਰਦਾ ਹੋਇਆ ਲਿਆਉਂਦਾ ਅਤੇ ਮੋੜ ਕਰੋਸ ਕਰਨ ਤੋਂ ਬਾਅਦ ਉੱਥੇ ਉਸਨੂੰ ਸਟੈਂਡ 'ਤੇ ਲਾਉਂਦਾ। ਹਾਲਾਂਕਿ ਇੱਕ ਔਰਤ ਵੀ ਇਸੇ ਦੌਰਾਨ ਦਿਖਾਈ ਦੇ ਰਹੀ ਹੈ, ਪਰ ਉਹ ਔਰਤ ਕੁਝ ਸਮਝ ਪਾਉਂਦੀ ਕਿ ਇਸ ਤੋਂ ਪਹਿਲਾਂ ਇਹ ਚੋਰ ਐਕਟਿਵਾ ਲੈ ਕੇ ਉੱਥੋਂ ਫਰਾਰ ਹੋ ਗਿਆ ਅਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਜੋ ਪੀੜਿਤ ਦੁਕਾਨਦਾਰ ਹੈ ਉਸਦੇ ਵੱਲੋਂ ਵੀ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਦੱਸ ਦਈਏ ਕਿ ਮੋਗਾ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਇੱਕ ਵਾਰ ਫਿਰ ਤੋਂ ਹੁਣ ਇਹ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਮੈਂ ਨਾ ਜਿਵੇਂ ਰੂਟੀਨ ਵਾਈਜ਼ ਅੱਗੇ ਬੈਂਕ ਜਾਂਦਾ ਸੀ ਤੇ ਮੈਂ ਬੈਂਕ ਜਾਣ ਦਾ ਟਾਈਮ ਸੀ ਕੁਝ ਪੌਣੇ 11 ਵਜੇ ਦਾ ਟਾਈਮ ਸੀ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫ਼ਤਰ ਕਿ ਤੁਸੀਂ ਬਿੱਲ ਕੱਢ ਦਿਓ। ਮੈਂ ਬਿੱਲ ਕੱਢਣ ਵਾਸਤੇ ਗਿਆ ਤੇ ਸਕੂਟਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾ ਦਿੱਤੀ ਤੇ ਚਾਬੀ ਜਿਵੇਂ ਰੂਟੀਨ ਵਾਈਜ਼ ਮੈਂ ਅੱਗੇ ਕਾਊਂਟਰ 'ਤੇ ਰੱਖਦਾ ਉਵੇਂ ਰੱਖਿਆ ਸੀ। ਉਹਦੇ ਵਿੱਚ ਮੇਰੇ 6 ਲੱਖ ਰੁਪਇਆ ਸੀ, ਜਿਹਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ, 100 ਵਾਲੀਆਂ ਗੁੱਟੀਆਂ 5 ਸੀ। ਹੋਇਆ ਕਿੱਥੇ ਜਾ? ਸਰ ਆਪਣਾ ਉੱਚਾ ਡਿੱਬਾ ਰਾਮਨਗਰ। ਹਾਂਜੀ ਦਫ਼ਤਰ ਉੱਤੇ ਮੇਰਾ ਚੀਫ ਕੁਰਕਰੇ ਦਾ ਕੰਮ ਹੈ ਸਰ, ਮੇਰੇ ਹੋਲਸੇਲ ਦਾ। ਤੁਹਾਨੂੰ ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਬਾਹਰ ਆਇਆ ਬਿੱਲ ਕੱਟ ਕੇ ਤੇ ਗੱਡੀ ਕੱਢਿਆ ਸੀ ਤੇ ਮੈਂ ਦੇਖਿਆ ਕਿ ਗੱਡੀ ਜਾ ਚੁੱਕੀ ਸੀ। ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹੈ ਨਹੀਂ ਸੀ ਤੇ ਸਕੂਟਰੀ ਜਦੋਂ ਮੈਂ ਫਿਰ ਮੈਨੇ 112 ਨੰਬਰ 'ਤੇ ਕਾਲ ਕੀਤੀ ਤਾਂ ਫਿਰ ਉਸਦੇ ਬਾਅਦ ਤੋਂ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੂੰ ਲਿਖਾਓ। ਫਿਰ ਮੈਂ ਫੋਕਲ ਪੁਆਇੰਟ ਜਾ ਕੇ ਕੰਪਲੇਂਟ ਦਿੱਤੀ। ਹਾਂਜੀ ਸਰ ਉੱਥੇ CCTV ਦਿੱਤਾ, ਉਹਦੀ ਮੈਨੇ ਵੀਡੀਓ ਤੇ ਫੋਟੋ ਤੁਹਾਨੂੰ ਪਾਸ ਕੀਤੀ। ਨਹੀਂ ਸਰ ਕੋਈ ਬੰਦਾ ਨਹੀਂ। ਕਿੰਨੇ ਬੰਦੇ ਆਏ? ਸਿੰਗਲ ਬੰਦਾ ਸੀ। 11:16 ਦੀ ਗੱਲ ਹੈ। ਸਰ ਸਕੂਟਰੀ ਉੱਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਹੈ ਸਾਡੇ ਨੁੱਕਰ ਤੇ, ਉੱਥੋਂ ਤੋਰ ਕੇ ਲੈ ਕੇ ਗਿਆ ਸਰ।